ਉਹ ਕਿਸ਼ਤੀ ਦਾ ਟਾਈਮ ਹੋਇਆ ਪਿਆ ਸਾਹਿਬ ਕਿਹੜੇ ਟਾਈਮ ਰੰਗ ਬੰਨ ਲਿਆ ਆ ਮਗਰਮੱਛ ਆ ਗਿਆ ਮਗਰਮੱਛ ਆ ਗਿਆ ਆ ਬਾਈ ਹੋਰੇ ਸਾਡੇ ਨਾਲ ਆਏ ਨੇ ਸਪੋਰਟਰ ਨੇ ਸਾਡੇ ਇਹ ਤੇ ਜੇ ਡੁੱਬਣ ਕਰਨ ਵਾਲਾ ਮਾਹੌਲ ਬਣਦਾ ਤਾਂ ਇਹ ਭੱਜਣਗੇ ਸਭ ਤੋਂ ਪਹਿਲਾਂ ਠੀਕ ਹੈ ਨਮਾਰ ਕਰਤਾ ਤੇ ਡਿਸਟਿੰਗ ਲਗ ਜਾਓ ਅੱਛਾ ਬਰੋ ਆਰ ਤੇ ਆ ਬੰਗਲਾਦੇਸ਼ ਸੇ ਹੋ ਆਓ ਬੈਠੇ ਨੇ ਬਾਈ ਬੰਗਲਾਦੇਸ਼ ਵਾਲਾ ਇੰਟਰਨੈਸ਼ਨਲ ਲੈਵਲ ਤੇ ਫੋਟੋਗ੍ਰਾਫੀ ਚੱਲ ਰਹੀ ਆ ਮਤਲਬ ਤੈਰ ਰਹੀਆਂ ਨੇ ਨਾ ਕੋਲਡ ਡਰਿੰਕ ਦੀਆਂ ਬੋਤਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਰਾਤ ਅਸੀਂ ਪਹੁੰਚ ਗਏ ਸੀ ਜੀ ਡੌਕੀ ਤੇ ਡੌਕੀ ਦੇ ਵਿੱਚ ਅਸੀਂ ਮਤਲਬ ਇਹ ਦੁਨੀਆ ਏਸ਼ੀਆ ਦੀ ਸਭ ਤੋਂ ਸਾਫ ਨਦੀ ਹੈ ਇੱਥੇ ਉਹਦੇ ਵਿੱਚ ਆਪਾਂ ਬੋਟਿੰਗ ਕਰਾਂਗੇ ਤੇ ਉਦੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਰੁਕੇ ਸੀ ਆ ਪਿੱਛੇ ਇੱਕ ਹੋਟਲ ਬਣਿਆ ਹੋਇਆ ਤੇ ਦੋ ਤਿੰਨ ਇੱਥੇ ਕਮਰੇ ਨੇ ਤੇ ਨਾਲ ਹੀ ਬਾਈ ਹੋਰਾਂ ਦਾ ਇੱਥੇ ਰੈਸਟੋਰੈਂਟ ਬਣਿਆ ਹੋਇਆ ਤੇ ਰਾਤ ਅਸੀਂ ਇੱਥੇ ਥਾਂ ਅਸੀਂ ਟੈਂਟ ਲਾਉਣ ਦੀ ਸੋਚ ਰਹੇ ਸੀ ਪਰ ਜਿੰਨੀਆਂ ਕੁ ਬੰਦਿਆਂ ਤੋਂ ਅਸੀਂ ਪਤਾ ਕੀਤਾ ਜਾਂ ਜਿੰਨੇ ਕੁ ਬੰਦਿਆਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਇੱਥੇ ਬੰਗਲਾਦੇਸ਼ ਦਾ ਬਾਰਡਰ ਜਿਹੜਾ ਹੈਗਾ ਉਹ ਸਾਰਾ 400-500 ਮੀਟਰ ਤੇ ਆ ਤੇ ਰਾਤ ਨੂੰ ਬੰਗਲਾਦੇਸ਼ ਵਾਲੇ ਕਹਿੰਦੇ ਇੱਧਰ ਟੱਪ ਕੇ ਆ ਜਾਂਦੇ ਨੇ ਤੇ ਸਮਾਨ ਟੱਪਾ ਜੋ ਵੀ ਹੈ ਉਹਨਾਂ ਦੇ ਹੱਥ ਲੱਗਦਾ ਉਹ ਚੱਕ ਕੇ ਲੈ ਜਾਂਦੇ ਨੇ ਜਿਹੜੇ ਵੀ ਹੋਟਲ 'ਚ ਅਸੀਂ ਗਏ ਆ ਸਾਰਿਆਂ ਨੇ ਸਾਨੂੰ ਸੇਮ ਗੱਲ ਕਹੀ ਆ ਪਹਿਲਾਂ ਸਾਨੂੰ ਲੱਗਿਆ ਕਿ ਤੇ ਐਵੇਂ ਕਹੀ ਜਾਂਦੇ ਹੋਣੇ ਵੀ ਸਿਕਿਉਰਿਟੀ ਰੀਜ਼ਨ ਕੋਈ ਐਡਾ ਹੋਣਾ ਨਹੀਂ ਪਰ ਜਿਹੜੇ ਬਾਈ ਕੋਲ ਅਸੀਂ ਕਮਰਾ ਲਿਆ ਨਾ ਉਸ ਬਾਈ ਨੇ ਵੀ ਸਾਡੇ ਮੋਟਰਸਾਈਕਲ ਪਹਿਲਾਂ ਤਾਂ ਇੱਥੋਂ ਤਾਹਾਂ ਚੜਾਇਆ ਆ ਵਾਲੀ ਥਾਂ ਤੋਂ ਬੈਕ ਕੈਮਰੇ ਨਾਲ ਦਿਖਾਉਣਾ ਆਹ ਥਾਂ ਤੋਂ ਤਾਹਾਂ ਚੜਾਏ ਮੋਟਰਸਾਈਕਲ ਫਿਰ ਬਾਈ ਦੇ ਸਾਹਮਣੇ ਰੈਸਟੋਰੈਂਟ ਆ ਇੱਥੇ ਇਹਦੇ ਅੰਦਰ ਬਾੜ ਕੇ ਸ਼ਟਰ ਬੰਦ ਕੇ ਕੀਤਾ ਤੇ ਫਿਰ ਸਾਨੂੰ ਲੱਗਿਆ ਵੀ ਹਾਂ ਯਾਰ ਗੱਲ ਕੋਈ ਨਾ ਕੋਈ ਹੋਣੀ ਆ ਜਿਹੜਾ ਬਾਈ ਨੇ ਸ਼ਟਰ ਬੰਦ ਕਰਕੇ ਸਾਡੇ ਮੋਟਰਸਾਈਕਲ ਅੰਦਰ ਬਾੜੇ ਨਹੀਂ ਤੇ ਇਹ ਮਤਲਬ ਬੰਗਲਾਦੇਸ਼ ਦਾ ਬਾਰਡਰ ਆ ਯਾਰ ਇੱਥੇ ਕੋਈ ਫੈਂਸਿੰਗ ਨਹੀਂ ਕੁਛ ਨਹੀਂ ਜਿਹੜੀ ਨਦੀ ਦੇ ਵਿੱਚ ਆਪਾਂ ਬੋਟਿੰਗ ਕਰਨੀ ਅੱਜ ਉਹ ਵੀ ਸਿੱਧੀ ਬੰਗਲਾਦੇਸ਼ ਨੂੰ ਲੰਘ ਜਾਂਦੀ ਆ ਤੇ ਤੁਸੀਂ ਜੇ ਮਰਜ਼ੀ ਆਰ ਪਾਰ ਜਾਈ ਜਾਓ ਤੁਹਾਨੂੰ ਇੱਥੇ ਕੋਈ ਨਹੀਂ ਪੁੱਛਦਾ BSF ਲੱਗੀ ਹੋਈ ਆ ਮਤਲਬ ਟਾਮਾ ਡੱਲਾ ਬੰਦਾ ਲੱਗਿਆ ਹੋਇਆ ਪਰ ਇੱਥੇ ਇਹ ਨਹੀਂ ਵੀ ਥਾਂ ਥਾਂ ਦੇ ਉੱਤੇ ਕੋਈ ਜ਼ਿਆਦਾ ਵੱਡੀ ਸਿਕਿਉਰਿਟੀ ਆ ਜਿਵੇਂ ਡੌਂਕੀ ਲੱਗਦੀ ਆ ਬਾਕੀ ਜਿਵੇਂ ਲੋਕ ਮੈਕਸੀਕੋ ਤੋਂ ਅਮਰੀਕਾ ਨੂੰ ਲਾਈ ਜਾਂਦੇ ਨੇ ਹੁਣ ਤਾਂ ਚਲੋ ਉੱਥੇ ਵੱਡੀ ਤਾਰ ਲਾਤੀ ਹਨਾ ਤਾਂ ਇੱਥੇ ਵੀ ਉਹੀ ਕੰਮ ਆ ਵੀ ਡੌਂਕੀਆਂ ਲਾ ਲਾ ਲੋਕ ਇਧਰਲੇ ਪਾਸੇ ਨੂੰ ਆਈ ਜਾਂਦੇ ਨੇ ਤੇ ਫਿਲਹਾਲ ਅੱਜ ਦਾ ਤੁਹਾਨੂੰ ਆਪਾਂ ਪਲਾਨ ਦੱਸ ਦਈਏ ਇਹ ਤਾਂ ਚਲੋ ਡੌਕੀ ਦੀ ਗੱਲਬਾਤ ਆ ਜੇ ਤੁਸੀਂ ਕਦੇ ਡੌਕੀ ਘੁੰਮਣ ਆਉਣੇ ਆ ਸ਼ਹਿਰ ਦੇ ਵਿੱਚ ਆਪਦੇ ਸਮਾਨ ਦੀ ਜਾਂ ਕਾਰ ਤੇ ਆਉਣੇ ਤਾਂ ਕਾਰ ਕੂਰ ਦੀ ਨਿਗਰਾਨੀ ਭਾਈ ਹੋਟਲ ਵਾਲਿਆਂ ਨੂੰ ਕਹਿ ਕੇ ਰੱਖਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਏਸ਼ੀਆ ਦੀ ਸਭ ਤੋਂ ਸਾਫ ਨਦੀ ਆ ਜਿਹੜੀ ਉਹਦਾ ਤਲਾ ਦਿਖਦਾ ਯਾਰ 40 ਫੁੱਟ ਤੱਕ ਉਹਦੇ ਵਿੱਚ ਆਪਾਂ ਬੋਟਿੰਗ ਕਰਾਂਗੇ ਤੇ ਨਾਲ ਨਾਲ ਹੋਰ ਗੱਲਾਂ ਬਾਤਾਂ ਦੱਸਾਂਗੇ ਤੇ ਆ ਖੜੇ ਨੇ ਭਾਈ ਆਪਣੇ ਮੋਟਰਸਾਈਕਲ ਬਾਈ ਹੋਰਾਂ ਕੋਲ ਤਿੰਨ ਕਮਰੇ ਸੀ 1, 2, 3 ਤੇ ਆ ਤੀਜੇ ਇਹਦੇ ਵਿੱਚ ਆਪਾਂ ਰੁਕੇ ਸੀ ਰਾਤ ਸਾਨੂੰ ਵੀ ਲੱਗੀ ਗਿਆ ਮੈਂ ਕਿਤੇ ਕੋਈ ਆਪਣੇ ਆ ਕੇ ਨਾ ਦਰਵਾਜ਼ੇ ਭੰਨਣ ਲੱਗ ਜੇ ਭਾਈ ਕੀ ਹਿਸਾਬ ਤਾਂ ਆ ਬਾਈ ਦੇ ਕਮਰੇ ਦੇ ਵਿੱਚ ਅੰਦਰ ਵੜ ਕੇ ਮੋਟਰਸਾਈਕਲਾਂ ਨੂੰ ਜਿੰਦਾ ਲਾਇਆ ਸੀ ਉੱਪਰ ਬਾਈ ਹੋਟਲ ਹਜੇ ਪਾਈ ਜਾਂਦਾ ਤੇ ਤਰੀਕ ਹੈਗੀ ਆ ਜੀ ਅੱਜ ਆ 3 ਅਪ੍ਰੈਲ ਤੇ 9:15 ਵਜੇ ਦਾ ਟਾਈਮ ਹੋ ਗਿਆ 8:15-8 ਵਜੇ ਸ਼ਾਇਦ ਬੋਟਿੰਗ ਸਟਾਰਟ ਹੋ ਜਾਂਦੀ ਆ ਦਿਨ ਹੈਗਾ ਸੋਮਵਾਰ 3 ਅਪ੍ਰੈਲ 2023 ਆ ਅਸੀਂ ਯਾਰ ਤਰੀਕ ਦੱਸਣੀ ਭੁੱਲ ਜਾਂਦੇ ਹੁੰਦੇ ਆ ਕਈ ਵਾਰੀ ਇਹ ਵੀ ਚਲੋ ਹੁਣ ਅੱਗੇ ਪਿੱਛੇ ਚੱਲ ਰਿਹਾ ਕੰਮ ਤੇ ਆ ਹੈਗਾ ਡੌਕੀ ਸ਼ਹਿਰ ਦਾ ਸਵੇਰ ਦਾ ਝਾਕਾ ਬਾਕਾ ਤੇ ਲੇਟ ਹੀ ਖੁੱਲਦੇ ਨੇ ਬਾਜ਼ਾਰ ਟੂਰਿਸਟ ਪਲੇਸ ਆ ਇਹ ਵੀ ਪਰ ਲੋਕ ਇੱਥੇ ਘੱਟ ਹੀ ਰਹਿੰਦੇ ਨੇ ਤੇ ਕਿਉਂਕਿ ਮੁੜ ਮੜ ਜਾਂਦੇ ਲੋਕ ਹੱਥ ਨੇ ਜਾਂ ਫਿਰ ਜ਼ਿਆਦਾਤਰ ਲੋਕ ਜਿਹੜੇ ਹੈਗੇ ਰਾਤ ਕੱਟਦੇ ਨੇ ਚਿਰਾ ਪੂੰਜੀ ਦੇ ਵਿੱਚ ਜਿਹਨੂੰ ਆਪਾਂ ਸਹੁਰਾ ਕਹਿੰਦੇ ਹਾਂ ਤੇ ਮੌਸਮ ਅੱਜ ਵੀ ਬੱਦਲ ਵਾਲਾ ਹੋਇਆ ਪਿਆ ਸ਼ਿਲੋਂਗ ਹੈਗਾ ਇੱਥੋਂ 82 ਕਿਲੋਮੀਟਰ ਤੇ ਸ਼ਹਿਰ ਦਾ ਨਾਮ ਹੈਗਾ ਡੌਕੀ DAWKI ਤੇ ਉਹ ਬਾਈ ਜਿਹੜਾ ਭੱਜਿਆ ਜਾਂਦਾ ਕਹਿੰਦਾ ਵੀ ਭੱਜ ਲਓ ਗਾਹਕ ਆ ਗਏ ਤੇ ਉਹ ਬਾਈ ਨੂੰ ਅਸੀਂ ਕਿਹਾ ਬੋਟਿੰਗ ਬਾਰੇ ਚਲੋ ਦੇਖਦੇ ਹਾਂ ਹੁਣ ਕਿੰਨੇ ਦੀ ਕਹਿੰਦੇ ਨੇ ਇਹ ਸਾਰਾ ਤੁਹਾਨੂੰ ਦੱਸਾਂਗੇ ਹਿਸਾਬ ਕਿਤਾਬ ਆ ਜਾਂਦਾ ਬੰਦਾ ਭੱਜਿਆ ਤੇ ਅੱਜ ਆਪਾਂ ਨੂੰ ਇਹ ਕਰਕੇ ਦਊਗਾ ਬੋਟਿੰਗ ਬਾਈ ਕਹਿੰਦਾ ਇੱਥੇ ਸਾਈਡ ਤੇ ਲਾ ਦੂ ਮੋਟਰਸਾਈਕਲ ਹਾਂਜੀ ਸਰ ਕਿਤਨੇ ਪੈਸੇ ਲੈਤੇ ਹੋ ਯਹੀ ਹੈ ਕਲੀਨੈਸਟ ਦੀ ਏਸ਼ੀਆ ਕੀ ਖਾਲੀ ਬਾਰਿਸ਼ ਕੀ ਵਜ੍ਹਾ ਸੇ ਕੱਲ ਨਾ ਕੱਲ ਸੇ ਇਸ ਪਾਣੀ ਐਸਾ ਹੋ ਗਿਆ ਅੱਛਾ ਜਿਆਦਾ ਬਾਰਿਸ਼ ਲੋਕ ਹੋਤਾ ਹੈ ਹਾਂ ਯੂਟਿਊਬਰ ਹੈ ਆਪਕਾ ਕਿਆ ਚੈਨਲ ਹੈ ਚੈਨਲ ਦਾ ਨਾਮ ਹੈ ਆਰੇ ਲਾ ਸਿੱਖ ਟਰੈਵਲਰ ਕਿਆ ਸਿੱਖ ਟਰੈਵਲਰ ਵੀ ਆਰ ਲੁਕਿੰਗ ਗ੍ਰੇਟ ਓਕੇ ਯੂ ਆਰ ਲੁਕਿੰਗ ਵੈਰੀ ਹੈਂਡਸਮ ਥੈਂਕ ਯੂ ਲੁਕਿੰਗ ਲਾਈਕ ਰਿਤਿਕ ਰੋਸ਼ਨ ਵੇਅਰ ਇਜ਼ ਕੰਗਨਾ ਰਨੌਤ ਹੈ ਵੇਅਰ ਇਜ਼ ਕੰਗਨਾ ਰਨੌਤ ਹੈ ਕੰਗਨਾ ਰਨੌਤ ਆਈ ਡੋਨਟ ਨੋ ਠੀਕ ਹੈ ਬਾਈ ਤੇ ਬਾਈ ਹੋਰਾਂ ਨੇ ਕਿਹਾ ਕਿ ਏਸ਼ੀਆ ਦੀ ਸਭ ਤੋਂ ਕਲੀਨੈਸਟ ਰਿਵਰ ਹੈ ਇਹ ਆਪਾਂ ਤੁਹਾਡੇ ਵਹਿਮ ਭਰਮ ਕੱਢਦੇ ਜਾਵਾਂਗੇ ਆਹ ਦੇਖ ਲਓ ਤੁਸੀਂ ਕਹਿੰਦੇ ਤਲਾ ਦਿਖਦਾ ਇੱਥੇ ਤਾਂ ਬੁਰਾ ਹਾਲ ਹੋਇਆ ਬਾਈ ਕਹਿੰਦਾ ਮੀਂਹ ਕਰਕੇ ਖਰਾਬ ਹੋ ਗਿਆ
तो कितने चार्जेस लोगे? देखो अभी तो पानी साफ नहीं है, तो आप बता दो हमें क्या क्या चार्जेस लोगे। अच्छा वो है बंदा चोले वाला, यहाँ पे क्या करेंगे? वो तो वहाँ रोकना है, उतार के फोटो लेना। ठीक है ठीक है। हाँ यहाँ तो आपको आगे रॉक आइलैंड स्ट्रीम वाटर होगा। ठीक है जी, बढ़िया है। तो कितने कितने पैसे लोगे? कितने पैसे लोगे? तो एक घंटा कंप्लीट होगा वो 1000 का, 45 मिनट जाएगा तो 1000 का। यार वहाँ पे तो काउंटर में, यहाँ तो 800 रुपए लिखा है पर बोट। 800 दादा, हम भी 800, 45 मिनट का ना बोला है। हमें 30 मिनट ही करवा दो। 30 आपको नहीं जाएगा ना। अच्छा 45 मिनट का करवा दो। ओ यार ऐसे मत कर मेरी जान। भाई होर ने इतने लिखा आया डॉकी रिवर्स उमगोट, जो उमगोट लिखा है ये कोई और रिवर है उमगोट, इसी को बोलते हैं। अच्छा डॉकी रिवर उमगोट, ठीक है। ईस्ट खासी हिल्स, खासी खासी बोलते हो, बोल के दिखा यार खासी। इस साइड में खासी हिल्स, हाँ, में जंते हिल्स। अच्छा ये इधर रिवर के परली साइड है, जेम्पिया। अलग अलग डिस्ट्रिक्ट है ना। अच्छा ये इस खासी हिल डिस्ट्रिक्ट, उस तरफ में जंते हिल डिस्ट्रिक्ट। ठीक है बोल के दिखा यार खासी। हाँ? ये खासी आती है आपको? हाँ, खासी। खासी बोल के दिखा। दारू तो हमने सुन ली थी एक बार, खासी मतलब ऐसे बोल दो भाई, इस रिवर के इस साइड ये है, दूसरी साइड वो है, ये एशिया की साइड, ये बोल दो खासी में। ले भाई खासी बोल गया बोल। कने सने शिलंग कने खासी, सते शिलंग कने जंतिया। अच्छा ठीक है। ये कन निशने कने खासी हिल डिस्ट्रिक्ट, कने सते रे जंतिया हिल डिस्ट्रिक्ट, सते शिलंग एक जंतिया हिल। अच्छा नमार कने शिलंग डे खासी, ठीक है। नमार कता का डिस्ट्रिक्ट लगा जाऊं, लगा जाऊं। अच्छा बरो आर कलोंग डे मेखलया। अच्छा मतलब ए हुंदी है भाई खासी भाषा। हां उस साइड भी मिल गया, इस साइड भी मिल गया, लेकिन ठीक है अलग है ना ऐसा। हां वो मैं समझ गया, गरोहली स्टोरी का ऐसा ना। ठीक है ओके सर थैंक यू। चलो सिद्धू फिर मार सौदा इंदा ना, भाईया किवें करना भाई ताड़ा खड़ा पन फिर अड़ी बठिंडे वाले कदों काम आओगे। ते आ सारीयां यार किश्तियां खड़ियां ने इथे, ए सारीयां होममेड ने। ठीक है ਜਿਵੇਂ ਆਪਾਂ ਬਾਰਿਸ਼ ਹੋਰਾਂ ਦੇ ਵਿੱਚ ਕੀਤੀ ਸੀ, ਉਹ ਬਾਈ ਹੋਰਾਂ ਨੇ ਪਲਾਸਟਿਕ ਦੀ ਲਿਆਂਦੀ ਹੋਈ ਸੀ, ਉਹ ਸੀ ਰੈਡੀਮੇਡ। ਇਹ ਬਾਈਆਂ ਨੇ ਲੱਕੜ ਦੀਆਂ ਆਪਦੀਆਂ ਬਣਾਈਆਂ ਹੋਈਆਂ ਨੇ। ਤੇ ਕਲੀਨੈਸ ਰਿਵਰ ਵਾਲਾ ਵੀ ਤੁਹਾਡਾ ਆਪਾਂ ਦੇਖ ਲਈਏ ਵੀ ਕੀ ਹਿਸਾਬ ਦਾ। ਬਾਈ ਕਹਿੰਦਾ ਅੱਗੇ ਜਾ ਕੇ ਆਊਗੀ, ਇਹ ਤਾਂ ਚਲੋ ਮੀਂਹ ਕਰਕੇ ਪਾਣੀ ਖਰਾਬ ਆ, ਹੁਣ ਬਾਈ ਦਾ ਭਾਗੇ ਵਾਲਾ ਭੁਲੇਖਾ ਵੀ ਦੇਖ ਲਾਂਗੇ ਵੀ ਪਾਣੀ ਕਿੱਧਰ ਨਜ਼ਾਰੇ ਲਈ ਜਾਂਦਾ। ਉਹਦੇ ਇਹਨੇ ਨਵਾਂ ਕੰਮ ਰੱਖ ਲਿਆ ਤੇ ਵੀ ਤੇਰਾ ਕਿਸ਼ਤੀ ਦਾ ਟਾਈਮ ਹੋਇਆ ਪਿਆ, ਇਹ ਹੋਰ ਹੀ ਇਹਦੇ ਡਾਂਸ ਦੇਖੀ ਜਾਂਦਾ ਖੜਾ। ਆਹ ਦੇਖ ਲਾ ਉਹ ਕਿਸ਼ਤੀ ਦਾ ਟਾਈਮ ਹੋਇਆ ਪਿਆ ਸਾਹਿਬ, ਕਿਹੜੇ ਟਾਈਮ ਰੰਗ ਬੰਨ ਲਿਆ। ਆ ਜਾਓ ਆ ਜਾਓ ਬਾਈ ਨੇ ਕਿਹਾ ਜਦੋਂ ਕਹਿੰਦੇ ਇਹ ਮੀਂਹ ਆ ਜਾਂਦਾ ਇੱਥੇ ਤੇ ਪਾਣੀ ਚੜ ਜਾਂਦਾ ਨਦੀ ਦਾ, ਤੇ ਜਿੱਥੇ ਉਹ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੇ ਤੱਕ ਪਾਣੀ ਚੜ ਜਾਣਾ ਕਹਿੰਦੇ, ਤਾਂ ਹੀ ਅਸੀਂ ਇਹ ਟੈਂਪਰੇਰੀ ਕੰਮ ਕੀਤਾ ਹੋਇਆ ਬਾਈ ਕਹਿੰਦੇ ਰਸਤਾ ਇਸ ਲਈ ਕੋਰ ਕਰ ਦਿੱਤੀ ਆਪਾਂ ਨੇ। ਅੱਛਾ ਠੀਕ ਹੈ ਬਾਈ ਕਹਿੰਦਾ ਵਧੀਆ ਰਸਤਾ ਸੀ, ਇੱਥੋਂ ਤੋੜ ਫੋੜ ਕਰਤੀ ਉਹਨੇ ਮੀਂਹ ਨੇ ਤੇ ਤਾਂ ਕਰਕੇ ਕਹਿੰਦੇ ਉੱਪਰ ਤੱਕ ਪਾਣੀ ਚੜ ਜਾਂਦਾ। ਕੌਣ ਸੇ ਮਹੀਨੇ ਮੇਂ ਚੜਤਾ ਹੈ ਉੱਪਰ ਤੱਕ ਪਾਣੀ? ਜੂਨ ਜੁਲਾਈ ਅਗਸਤ, ਸਾਉਣ ਦੇ ਮਹੀਨਿਆਂ ਦੀ ਗੱਲ ਕਰ ਰਿਹਾ ਬਾਈ। ਤੇ ਆਹ ਲੇਕ ਆ, ਆਹ ਲੇਕ ਕਹੀ ਆ ਨਾ ਆਪਣੀ ਕਿਸ਼ਤੀ, ਬਾਈ ਨੇ ਵਿੱਚੋਂ ਮੱਗਿਆਂ ਦੇ ਨਾਲ ਪਾਣੀ ਕੱਢਤਾ। ਚੜ ਜਾਊ ਚੜ ਜਾਊ ਤਾਂ ਦੇਖੀ ਮੇਰਾ ਵੀਰ, ਆਏ ਵਾਹਿਗੁਰੂ ਐ ਬਣੀ ਹੋਈ ਆ ਭਾਈ ਇਹ। ਕਹਾਂ ਬੈਠੂ, ਆਗੇ ਜਾ ਕੇ ਬੈਠ ਜਾਊ ਆਗੇ। ਚੱਲ ਬਾਈ, ਬਾਈ ਕਹਿੰਦਾ ਬਹਿ ਜਾ ਬਸ ਯਹੀ ਪੇ, ਵਹਾਂ ਪੇ ਨੇ ਬੈਠੂ। ਬਾਈ ਕਹਿੰਦਾ ਉਈ ਨਾ ਪੰਗੇ ਲਈ ਜਾ। ਲੈ ਭਾਈ ਐ ਮਾਹੌਲ ਆ ਫਿਲਹਾਲ, ਏਸ਼ੀਆ ਦੀ ਕਲੀਨੈਸਟ ਰਿਵਰ ਇਹਨੂੰ ਕਿਹਾ ਜਾਂਦਾ। ਤੁਸੀਂ ਭਾਈ ਦਸਾਂ ਚੋਂ ਦੋ ਨੰਬਰ ਇਹਨੂੰ ਬਣਦੀ ਆ, ਏਸ਼ੀਆ ਦੀ ਕਲੀਨੈਸਟ ਰਿਵਰ ਕਹਿਣਾ ਇਹਨੂੰ। ਲਓ ਜੀ ਏਸ਼ੀਆ ਦੀ ਕਲੀਨੈਸ ਰਿਵਰ ਦੇ ਵਿੱਚ ਆਪਾਂ ਐਂਟਰ ਕਰ ਗਏ ਆ, ਤੇ ਕਹਿੰਦੇ ਇਹਦਾ ਡੀ ਇਹ ਕਿਤਨੀ ਡੀਪ ਹੈ ਜੇ? ਹਾਊ ਡੀਪ ਇਜ਼ ਦਿਸ? ਕਿਵੇਂ ਕਿਵੇਂ? 6-8-9 ਅੱਛਾ ਠੀਕ ਹੈ ਭਾਈ। ਤੇ ਆ ਤੜਕੇ ਤੜਕੇ ਹੋਰ ਸਵਾਰੀਆਂ ਆਈਆਂ ਨੇ ਕਲੀਨੈਸ ਰਿਵਰ ਵਾਲੀਆਂ।
ठीक है। डिड यू सी द क्लीनेस्ट वाटर? नो, नॉट येट, वी आर आल्सो लुकिंग फॉर द क्लीनेस्ट। ते भाई होर ने कहा भी हजे तक सानू मिलिया नहीं है साफ पानी। ते आ देख लो साफ है, मतलब प्लास्टिक की गल करते हो, प्लास्टिक नहीं है इतने। रात मीह बहुत ज्यादा पिया यार, हुण भी तुसी देख लो बदल किन्ना खड़ा इत्थे। ते भाई ने कहा कि बांग्लादेश दे बॉर्डर ते भी जावांगे। बांग्लादेश दा बॉर्डर यार, बांग्लादेश के बॉर्डर पे भी जाएंगे ना, ये क्रॉस करेगी उसको का वहां से आ जाएगी हाथ लगा कर। अच्छा उधर नू बांग्लादेश के बॉर्डर को क्रॉस करके तो इसके पास से वापस आ जाएगा। हाँ भाई साहब है, ठीक है भाई, कहना बांग्लादेश के बॉर्डर से भी जावे, एक तरह का पार करने वाला माहौल बन जूगा। तुसी पर पार नहीं कर सकते, वह चलो उत्थे जाके देखते हैं। हम मगरमच्छ आ गया, मगरमच्छ आ गया, आदि मारू वे अखा देख दिया, क्योंकि जी गंदी नदी होंगी है वह जो मगरमच्छ होंगे ने। तो अज यार वैसे मैं सुनू सही दसा एशिया की क्लीनैसट रिवर इन कहा जाता, पर अज यह साफ नहीं हैगी क्योंकि रात बहुत ज्यादा मीह पिया, हजे भी इधरले पासे बदल ने, ठीक है एक पासे सूरज निकले, रात बहुत ज्यादा तेज मीह सी। जिहड़े साडे नाल इंस्टाग्राम से जुड़े हुए ने, मैं स्टोरी भी पाई सी, ते आले दुआले पहाड़ों तो मिट्टी मुट्टी यार थले आ गई, तो पूरा मतलब गंद पै गया। सानू पहला भी बाइया ने राह च कहता सी जे मीह पिया होया तो ना जायो, तो नहीं तो यदा तला जिहड़ा हैगा ना 40 फुट तक दिखता हुंदा। हजे भी परवाई हो रहे, सानू आस दिती आ भी अगे जाके सानू दिखावांगे तला इहदा, ते चल देखदे आ फिर कित्थे तक माहौल बणदा। ते नहीं तां तुसीं मीह वाले दिनां दे विच डॉकी रिवर बारे इहदे बारे क्लीनैसट रिवर नूं ना देखण आयो, असीं तुहानूं सही सच्चाई दिखाती इत्थों दी, ठीक है। ते आ भाई होरे साडे नाल आए ने, सपोर्टर ने साडे इह, ते जे डुब्बण करन वाला माहौल बणदा तां इह भज्जणगे सब तों पहलां। यार भाई उन्होंने वो लाइव जैकेट डाल रखी है, हमारे तो डाली नहीं, हम लोग क्या दो आदमी, हम नहीं डूबते, कहां डूबेगा तू, वो लोग ऐसा पहन रहा है, अच्छा पहनने से भी ठीक है। अच्छा नहीं पहनने से भी ठीक, बड़ा पानी होने से हाँ जैकेट देता है, बड़ा पानी होने से पानी बड़ा होता है, ज्यादा होता है मतलब जाता है। अच्छा तब देते हैं, वो उन्होंने पहले ही पहन ली, डरते होंगे, हम बहादुर हैं है ना, हम बहादुर हैं भाई। भाई कहना बिना लाइव जैकेटा तो बिठाते, उन्हां दी गल कर रहा मेरे, वह किश्ती जा रही है, उन्हां सारे दे लाइव जैकटा पाइया ने। तो जिहड़ी नदी दे विच इस टाइम आपां हैगे आ ना, इह वाला पासा भाई ने कहा कि खासी हिल्स ने जिधरले पासे आपां होटल दे विच रात कट्टी आ, इधर विचाले कर रहे आपां बोटिंग, तो इस नदी के परले पासे हैगे आ जयंती का। अच्छा जयंती इधर आ, ठीक है जयंती इधर आ जिधर आपां रात कट्टी आ, ये इधरला पासा है खासी हिल्स। तो बाई ने सानू दस्या कि जयंती हिल्स ते खासी हिल्स का लैंग्वेज थोड़ी सेम सेम आ, बट गारो जिहड़ी हैगी आ गारो बड़ी ज्यादा डिफरेंट लैंग्वेज आ, गारो बड़ी डिफरेंट है ना, खासी और जयंती सेम सेम होगी थोड़ी थोड़ी, मालूम आपको हो जाता है, ठीक है। अच्छा मतलब उही आ भी जिवें आपां हिंदी समझ लैंदे आ जां फिर होर भी बंदे आले दुआले 5-7 स्टेटां दी आपां भाषा समझ लैंदे आ, ਇਹ ਵੀ ਕਹਿੰਦੇ ਖਾਸੀ ਵਾਲੇ ਬੰਦੇ ਜਯੰਤੀ ਸਮਝ ਲੈਂਦੇ, ਜਯੰਤੀ ਵਾਲੇ ਬੰਦੇ ਖਾਸੀ ਸਮਝ ਲੈਂਦੇ ਨੇ, ਬਸ ਜਿਹੜੀ ਗਾਰੋ ਲੈਂਗੁਏਜ ਆ ਉਹ ਬੜੀ ਡਿਫਰੈਂਟ ਆ। ਇਧਰਲੇ ਪਾਸੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਕਿਉਂਕਿ ਸਾਹਮਣੇ ਨਾ ਉਹ ਪੱਥਰਾਂ ਦੇ ਵਿੱਚ ਵੱਜ ਵੱਜ ਕੇ ਪਾਣੀ ਆ ਰਿਹਾ, ਤੇ ਇਧਰ ਲਿਆਉਣ ਵਾਸਤੇ ਬਾਈ ਹੋਰਾਂ ਦਾ ਜ਼ੋਰ ਲੱਗਿਆ, ਜਾਂਦੇ ਹੋਏ ਨੂੰ ਇਹ ਵਧੀਆ ਆਟੇ ਪਾਉਂਦੇ ਜਾਣਗੇ। ਤੇ ਸਾਹਮਣੇ ਢਾਬੇ ਹੋਰ ਢਾਬੇ ਤੋਂ ਅਸੀਂ ਕੋਲਡ ਡਰਿੰਕ ਬਾਰੇ ਪੁੱਛਿਆ, ਉਹ ਕਹਿੰਦੇ ਸਾਹਮਣੇ ਪਈਆਂ ਨੇ ਕੋਲਡ ਡਰਿੰਕ, ਪਹਿਲਾਂ ਸਾਨੂੰ ਸਮਝ ਨਹੀਂ ਆਈ, ਅਸੀਂ ਨਿਗਾਹ ਮਾਰੀ, ਇਹਨਾਂ ਨੇ ਦੇਸੀ ਫ੍ਰਿਜ ਲਾਇਆ ਹੋਇਆ ਸੀ, ਆ ਦੇ ਕਹਿੰਦੇ ਬਾਈ ਛਾਂਟ ਕੇ ਕੱਢ ਲਓ ਆਪਦੀ ਜਿਹੜੀ ਹੈਗੀ ਆ, ਨਦੀ ਦਾ ਪਾਣੀ ਆ, ਆਲੇ ਦੁਆਲੇ ਪੱਥਰ ਲਾਏ ਨੇ, ਤੇ ਆ ਦੇਖ ਤੈਰ ਰਹੀਆਂ ਨੇ ਨਾ ਕੋਲਡ ਡਰਿੰਕ ਦੀਆਂ ਬੋਤਲਾਂ, ਚੱਕ ਲਓ ਛਾਂਟ ਕੇ। ਤੇ ਉਧਰੋਂ ਆਪਾਂ ਰਿਵਰ ਦੇ ਵਿੱਚ ਬਹਿ ਕੇ ਆਏ ਆ, ਤੇ ਇਸ ਪੁਆਇੰਟ ਤੇ ਲਿਆ ਕੇ ਤੁਹਾਨੂੰ ਛੱਡ ਦੇਣਗੇ, ਤੇ ਤੁਸੀਂ ਇੱਥੇ ਫੋਟੋਗ੍ਰਾਫੀ ਕਰ ਸਕਦੇ ਹੋ। ਪਾਣੀ ਦਾ ਵਹਾਅ ਬਹੁਤ ਤੇਜ਼ ਆ, ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਨਹੀਂ ਪਰ ਪੱਥਰ ਵੱਜਣ ਕਰ ਕਰਕੇ ਨਾ ਇਹ ਹੋਰ ਸਪੀਡ ਨਾਲ ਚੱਲ ਰਿਹਾ। ਇੱਥੋਂ ਫੋਟੋਗ੍ਰਾਫੀ ਕਰ ਲਈ ਤੇ ਪਾਇਲਟ ਸਾਹਿਬ ਕਹਿੰਦੇ ਵੀ ਚਲੋ ਹੁਣ ਤੁਹਾਨੂੰ ਲੈ ਕੇ ਚੱਲੀਏ ਬੰਗਲਾਦੇਸ਼ ਦੇ ਬਾਰਡਰ ਤੇ। ਚੱਲ ਫਿਰ ਸੁੱਕੀ ਬੈਠ ਮੂਰੇ, ਹਾਂ ਹਾਂ ਲੰਘ ਜਾ ਅੱਗੇ, ਬਾਰਡਰ ਏਰੀਆ ਆ ਗਿਆ ਨਾ ਫਿਰ, ਸਿਕਿਉਰਿਟੀ ਜ਼ਿਆਦਾ ਚਾਹੀਦੀ ਆ।
तू बीएसएफ दा जवान आ बठिंडा सिक्योरिटी फोर्स दा इत्थे होर भी बहुत पंजाबी बंदे ने पर जदों खुश हो हुंदे ने ना तां खुश ते सत श्री अकाल जिहड़ी उह बुलाउंदे ने सानू पग्गां वाले नूं जां परने वाले नूं देख के बुलाउंदे ने ਤਾਂ ਇਸ ਕਰਕੇ ਵੀ ਜੇ ਤੁਸੀਂ ਪੰਜਾਬ ਦੇ ਬੰਦੇ ਹੈਗੇ ਹੋ ਤਾਂ ਆਊਟ ਆਫ ਪੰਜਾਬ ਰੀਪ੍ਰੈਜ਼ੈਂਟ ਕਰਨਾ ਤੁਸੀਂ ਪੰਜਾਬ ਨੂੰ ਤਾਂ ਤੁਹਾਡਾ ਝਾਕ ਆ ਤੁਹਾਡੀ ਲੁੱਕ ਤੁਹਾਡੀ ਦਿੱਖ ਤੋਂ ਪਤਾ ਲੱਗ ਜਾਣਾ ਚਾਹੀਦਾ ਵੀ ਤੁਸੀਂ ਪੰਜਾਬ ਤੋਂ ਆਏ ਹੋ ਠੀਕ ਹੈ ਤੇ ਹੋਏ ਅਸੀਂ ਪਰਲੇ ਕੰਡੇ ਗਏ ਸੀ ਤੇ ਅੱਗੇ ਘੁਮਾ ਕੇ ਆਉਂਦੇ ਹੋਏ ਬਾਈ ਇਧਰਲੇ ਕੰਡੇ ਦੀ ਆ ਰਿਹਾ ਇਧਰੋਂ ਪਾਣੀ ਸਿੰਮੀ ਜਾਂਦਾ ਪਹਾੜਾਂ ਚੋਂ ਮੀਂਹ ਵਾਲਾ ਹੋਣਾ ਇਹ ਤੇ ਡਿੱਗੀ ਜਾਂਦੀਆਂ ਨੇ ਇੱਥੇ ਕਣੀਆਂ ਜੰਬੋ ਖੰਗਲੋ ਬਾਈਲੇ ਬਾਈਲੇ ਲੈ ਸਿੱਖ ਲਈ ਭਾਈ ਸਾਰੀ ਆਪਾਂ ਖਾਸੀ ਖਾਸੀ ਸਾਰੀ ਸਿੱਖ ਲਈ ਖਾਸੀ ਭਾਸ਼ਾ ਤੇ ਬਾਈ ਕਹਿੰਦਾ ਜਿਹੜੀ ਜਗ੍ਹਾ ਤੇ ਹੁਣ ਕਿਸ਼ਤੀ ਫਿਰਦੀ ਆ ਨਾ ਪਹਾੜ ਦੇ ਨਾਲ ਨਾਲ ਇੱਥੋਂ ਘੱਟੋ ਘੱਟ 50-60 ਫੁੱਟ ਦੇ ਨੇੜੇ ਤੇੜੇ ਇਹ ਜਗ੍ਹਾ ਡੂੰਗੀ ਆ ਤੇ ਹਜੇ ਇਧਰਲੇ ਪਾਸੇ ਨੂੰ ਬੰਗਲਾਦੇਸ਼ ਦਾ ਬਾਰਡਰ ਆ ਤੇ ਆਪਾਂ ਹੁਣ ਉੱਥੇ ਚੱਲੇ ਆ ਤੇ ਸਾਹਮਣੇ ਜਿੱਥੇ ਆ ਝੰਡਾ ਲੱਗਿਆ ਹੋਇਆ ਇੰਡੀਆ ਦਾ ਤੇ ਇੱਕ ਨਾਲ ਪਿੱਛੇ ਹੋਰ ਬਣਾਈ ਹੋਈ ਆ ਚੌਂਕੀ ਜੀ ਤੇ ਇੱਥੇ ਇੱਕ ਜਵਾਨ ਉਹ ਖੜਾ ਬੀਐਸਐਫ ਦਾ ਤੇ ਬੰਗਲਾਦੇਸ਼ ਦਾ ਬਾਰਡਰ ਇੱਥੋਂ ਸਾਹਮਣੇ ਹੀ ਆ ਤੇ ਬਾਈ ਨੇ ਕਿਹਾ ਵੀ ਜਿੰਨੇ ਬੰਦੇ ਆ ਖੜੇ ਨੇ ਇਹ ਬਾਈ ਨੇ ਕਿਹਾ ਕਹਿੰਦੇ ਬੰਗਲਾਦੇਸ਼ ਵਾਲੇ ਨੇ ਹੁਣ ਸਾਨੂੰ ਸ਼ੱਕ ਪੈ ਰਿਹਾ ਇਹਨਾਂ ਦੇ ਬਾਈ ਪੱਕਾ ਇਹ ਬੰਗਲਾਦੇਸ਼ ਵਾਲੇ ਹੈ ਪੁੱਛ ਕੇ ਦੇਖੀਏ ਇਹਨਾਂ ਨੂੰ यहाँ पे उतर नहीं सकते हम अच्छा ठीक है ना फोटो नहीं करनी आप बांग्लादेश के बांग्लादेश है ये आप बांग्लादेश से हो इंटरनेशनल फोटो कर रहे हो हमारी ले मैं आपकी कर देता हूँ इधर से आओ बैठने भाई बांग्लादेश वाला इंटरनेशनल लेवल पे फोटोग्राफी चल रही है मतलब इंडिया के बॉर्डर पे बांग्लादेश वाले की हो गया किस बांग्लादेश का आचार बांग्लादेश का ठीक है बरे ओ थैंक यू सो मच ते भाई ने कहा कहिंदा हे इधरला पासा बांग्लादेश दा ते सामने उत्थे बीएसएफ दी चौंकी बनी हुई है एक बार सानू होर दिखा दिए बस आ चीज सी रात असी बांग्लादेश दे बॉर्डर ते फिरी के सानू पता ही नहीं लग्या असी इत्थे टेंट लाउन नू कहिंदे सी ਤੇ ਆ ਸਾਰੀਆਂ ਕਿਸ਼ਤੀਆਂ ਇਧਰੋਂ ਵੀ ਚੱਲਦੇ ਇਹ ਕਿਸ਼ਤੀਆਂ ਤੋਂ ਇੰਡੀਆ ਕੀ ਹੈ ਅੱਛਾ ਠੀਕ ਆ ਭਾਈ ਬਾਈ ਨੇ ਹੁਣ ਕਹਿ ਤਾਂ ਦਿੱਤਾ ਸਾਨੂੰ ਬੰਗਲਾਦੇਸ਼ ਵਾਲੇ ਨੇ ਕਿਤੇ ਇਹਨਾਂ ਨੂੰ 10-10 ਰੁਪਏ ਦੇ ਕੇ ਖੜਾ ਰੱਖਿਆ ਹੋਵੇ ਵੀ ਤੁਸੀਂ ਬੰਗਲਾਦੇਸ਼ ਕਹਿ ਦੋ ਪਰ ਬਾਈਆਂ ਤੋਂ ਅਸੀਂ ਪੁੱਛਿਆ ਬਾਈ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਫੋਟੋਗ੍ਰਾਫੀ ਕਰ ਰਹੇ ਹਾਂ ਅਸੀਂ ਬੰਗਲਾਦੇਸ਼ ਤੋਂ ਹੀ ਆ ਲੋ ਜੀ ਡੌਕੀ ਰਿਵਰ ਦੇ ਵਿੱਚ ਆਪਾਂ ਜਾ ਕੇ ਆ ਗਏ ਹਾਂ ਤੇ ਬੰਗਲਾਦੇਸ਼ ਦੇ ਬਾਰਡਰ ਨੂੰ ਵੀ ਹੱਥ ਲਾਏ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਨੇ ਕਿਸ ਕੋ ਦੇਣੇ ਆ ਪੈਸੇ ਆਪਕੋ ਠੀਕ ਹੈ ਆਹ ਬਾਈ ਨੂੰ ਆਪਾਂ ਪੈਸੇ ਦੇਣੇ ਨੇ ਆਹ ਬਾਈ ਨੂੰ ਦੇ ਦਿਓ ਕਹਿੰਦਾ ਇਹ ਬਾਈ ਤੋਂ ਖੁੱਲੇ ਕਰਾ ਲਓ ਉਹ ਖਾਣਾ ਤਾਂ ਨਹੀਂ ਖੀਰਾ ਲੂਣ ਮਿਰਚਾਂ ਇਹ ਕੱਟ ਲਓ ਪੈਸੇ ਇਹ ਲਓ ਜੀ ਸ਼ੁਕਰੀਆ ਥੈਂਕ ਯੂ ਸਰ ਬੜਾ ਅੱਛਾ ਲੱਗਾ ਸਰ ਆਪਕਾ ਨਾਮ ਕਿਆ ਹੈ ਗਰੀਬ ਦਾ ਬਈ ਗਰੀਬ ਦਾ ਕੇ ਪਾਸ ਆ ਕੇ ਵੋਟਿੰਗ ਕੀਆ ਕਰੋ ये ब्रिज को जो पार करके जाते हैं उससे पहले आ जाता है इनका हिसाब किताब ठीक है और बोलो कुछ वही है ठीक है जी चंगा फिर ओके जी बाय 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 माता हैं जी खीरा हमने रोटी नहीं खाई खीरा क्या करेंगे अब तक हमें रोटी खानी है पहले हाँ ठीक है शुक्रिया माता ते इत्थों हुण आपां बाई होरां कोल वोटिंग करके चले हां वापस ਤੇ ਅਸਲ ਦੇ ਵਿੱਚ ਨਾ ਜਿੱਥੇ ਆਪਾਂ ਸਮਾਨ ਸਮੂਨ ਰੱਖਿਆ ਹੋਇਆ 800 ਰੁਪਏ ਚ ਲੈਂਦੇ ਨੇ ਮੈਂ ਤੁਹਾਨੂੰ ਰੇਟ ਰੂਟ ਦੱਸਦਾ 800 ਰੁਪਏ ਦੇ ਵਿੱਚ ਵੋਟਿੰਗ ਹੁੰਦੀ ਆ ਵੋਟ ਦਾ ਰੇਟ 800 ਹੀ ਰਹਿਣਾ ਤੇ ਮੈਕਸਿਮਮ ਉਹਦੇ ਵਿੱਚ 3 ਬੰਦੇ ਤੁਸੀਂ ਚੜ ਸਕਦੇ ਹੋ ਮਤਲਬ ਜੇ ਮੈਂ ਇੱਕ ਸੁੱਖੀ ਆ ਜੇ ਇੱਕ ਬੰਦਾ ਹੋਰ ਵੀ ਹੁੰਦਾ ਤਾਂ ਵੀ ਇਹਨਾਂ ਨੇ 800 ਰੁਪਇਆ ਹੀ ਲੈਣਾ ਸੀ ਠੀਕ ਆ ਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਵਾਪਸ ਮੋਟਰਸਾਈਕਲ ਚੱਕਦੇ ਹਾਂ ਸਮਾਨ ਬੰਨਦੇ ਹਾਂ ਤੇ ਅੱਗੇ ਚੱਲਦੇ ਹਾਂ ਜੀ ਆਪਾਂ ਸਿਲਚਰ ਨੂੰ ਵੀ ਬੰਦੇ ਫਿਰ ਉਸ ਮਹੀਨੇ ਵਿੱਚ ਆਏਗੇ कौन से महीने में साफ होता है पानी पानी साफ ने ऐसा अक्टूबर नवंबर दिसंबर जनवरी फरवरी वो सीजन टिप टॉप मतलब ठंड वाला मौसम जो है हाँ एकदम वो बारिश नहीं है ना हाँ हाँ उस टाइम में पानी टिप टॉप ठीक है भाई कहना नवंबर दिसंबर जनवरी
वो सीजन अच्छा है। ठीक है, ये पानी है ना 20 फुट ऊपर भी ज्यादा है। अच्छा, लेकिन देख सकता है नीचे भी। ठीक है ठीक है, क्योंकि पानी क्लियर है ना। हाँ ठीक है, भाई ने कहा कि हम मी पैन करके पानी वो हो गया। ते वैसे अभी तक ये एशिया की क्लीननेस रिवर में आती है, फर्स्ट नंबर पे आती है। हाँ, आती है तो कौन से इस महीने में काउंट करेंगे तो ये तो 100 नंबर पे चली जाएगी कि नहीं? ये नाम डाउकी रिवर। डाउकी रिवर, ठीक है। ते भाई ने कहा भी जो पंजाब दे विच ठंड पैन लग जाए अक्टूबर नवंबर दिसंबर जनवरी फरवरी ये महीने बेस्ट ने, भाई ने कहा भी सानू तला भी आराम नाल दिखूगा। लो जी यही सी अज दी वीडियो दे विच, ते इत्थों असीं चले जी हुण सिलचर नूं, ते मेघालय स्टेट आपां क्रॉस कर जांगे, ते अगे आपां फिर प्लान बनाउणा भी किथे किथे जाणा। मणिपुर ते मिजोरम वाला पासा आपां छड्डण दी कोशिश कर रहे हां, क्योंकि इक तां यार परमिट लैणे पैंदे ने सानूं इंटरलाइन परमिट हां अंदर वड़न वास्ते, ते दूजी गल उत्थे कोई लोकेशन एडी खास है नहीं, राहदारी आ ते माड़िया मोटे होर वाटरफॉल थां थां दे उत्ते मिल जांदे ने, उहनां नूं आपां शायद ना कवर करिए। आपां सानूं मोटियां मोटियां ते सोहणियां सोहणियां लोकेशनां चक्कांगे बस, ते नॉर्थ ईस्ट भगता देंगे, मणिपुर वाले पासे एक दो ते मिजोरम वाले पासे एक अद्धी चीज़ हैगी आ, उहदे करके आपां नूं गेट बहुत लंबा पै जूगा। ते हुण साडी सलाह भी सिलचर जाके, सिलचर तो अगे असीं जावांगे एक दो थावां होर देखण वालियां ने, ते है ना अंबी नागालैंड वाले पासे नूं एंटर करांगे, फिर आपां यार सिक्किम भी जाणा तां बहुत टाइम लग जूगा। ठीक आ, तां करके हुण नवां प्लान बनाया ते उहदे बारे तुहानूं दस्सांगे। वीडियो नूं वधो वध शेयर कर दिओ, नवीं वीडियो दे नाल कल नूं फिर मिलदे आं शाम नूं 7 वजे। ते इह सी इंडिया दी एशिया दी सब तों क्लीनैस्ट रिवर, तुहानूं मौसम भी दस्सता ते रियलिटी भी दस्सती भी की माहौल आ। वीडियो नूं वधो वध शेयर कर दिओ। सत श्री अकाल जी सारिआं।